ਸਤਿ ਸ਼੍ਰੀ ਅਕਾਲ ਕਿਸਾਨ ਪ੍ਰਾਪੋ ਅਗਰ ਕਣਕ ਤੋਂ ਬਾਅਦ ਤੁਸੀਂ ਮੱਕੀ ਦੀ ਫਸਲ ਕਰਨੀ ਹੈ ਮੱਕੀ ਦੀ ਖੇਤੀ ਕਰਨੀ ਹੈ ਤਾਂ ਇਹ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ ਫਰਜ ਸਮਝ ਕੇ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਕਣਕ ਦੀ ਕਰੀ ਹੋਈ ਇੱਕ ਗਲਤੀ ਮੱਕੀ ਨੂੰ ਕੋਰਾ ਲਾ ਸਕਦੀ ਹੈ ਮੱਕੀ ਨੂੰ ਖਤਮ ਕਰ ਸਕਦੀ ਹੈ ਜਿੱਥੇ ਤੁਸੀਂ ਇੱਕ ਗਲਤੀ ਕਰ ਬੈ ਗੱਲ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖ ਲਿਓ ਤੇ ਫਰ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਗੱਲ ਕਰਾਂਗੇ ਜਿਹੜੀ ਹੁਣ ਫਸਲ ਆਪਣੇ ਕਣਕ ਲੱਗੀ ਹੈ ਕਣਕ ਤੋਂ ਬਾਅਦ ਅਕਸਰੀ ਜੇ ਮਨੋਰੰਜਨ ਆ ਰਿਹਾ ਤੂੜੀ ਦੇ ਜਿਆਦਾ ਰੇਟ ਹੋ ਜਾਣੇ ਜਾਂ ਮੱਕੀ ਦੇ ਰੂਪ ਦੇ ਵਿੱਚ ਆਪਾਂ ਆਚਾਰ ਸਾਈਲੇਜ ਦਾ ਅੱਜ ਕੱਲ ਜੋ ਟ੍ਰੈਂਡ ਚੱਲਿਆਗਾ ਪਸ਼ੂਆਂ ਨੂੰ ਕਿਉਂਕਿ ਦਾਣੇ ਦੀ ਜਿੱਥੇ-ਜਿੱਥੇ ਦਾਣੇ ਦੀ ਪੂਰਤੀ ਹੁੰਦੀ ਹੈ ਉੱਥੇ ਆਪਾਂ ਨੂੰ ਹਰੇ ਚਾਰੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੇ ਤੂੜੀ ਦੀ ਵੀ ਜ਼ਰੂਰਤ ਨਹੀਂ ਪੈਂਦੀ ਤਾਂ ਸਾਈਲੇਜ ਦਾ ਆਚਾਰ ਦਾ ਕਾਫੀ ਟ੍ਰੈਂਡ ਹੈ ਤਾਂ ਕੀ ਹੁੰਦਾ ਆਪਾਂ ਕਣਕ ਦੇ ਵਿੱਚ ਕਈ ਵਾਰੀ ਗਲਤੀ ਕਰ ਬੈਠਦੇ ਆ ਤੇ ਉਹ ਗਲਤੀ ਦਾ ਖਵਾਇਜਾ ਫਿਰ ਆਪਾਂ ਨੂੰ ਮੱਕੀ ਚ ਜਾ ਕੇ ਭੁਗਤਣਾ ਪੈਂਦਾ ਤਾਂ ਗਲਤੀ ਕੀ ਕਰ ਬੈਠਦੇ ਆ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਹੈ ਪੰਜਾਬ ਭਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਗੁੱਲੀ ਡੰਡੇ ਤੋਂ ਨਿਜੇਠਣ ਲਈ 2 ਤੋਂ 3 ਸਪਰੇਹਾਂ ਕਰਨੀਆਂ ਪੈਂਦੀਆਂ ਪਰ ਇੱਥੇ ਆਪਾਂ ਨੂੰ ਆਪਣਾ ਨੁਕਸਾਨ ਹੋ ਜਾਂਦਾ ਇੱਥੇ ਮਾਰ ਪਾ ਲੈਨੇ ਆ ਇੱਥੋਂ ਹੀ ਨਿਉ ਉਹ ਜੀ ਨਿਉ ਧਰੀ ਜਾਂਦੀ ਹੈ ਜਿਹਦੇ ਨਾਲ ਆਪਣੇ ਮੱਕੀ ਜਿਹੜੀ ਬਿਲਕੁਲ ਨਹੀਂ ਹੋਣੀ ਤਾਂ ਕਣਕ ਦੇ ਵਿੱਚ ਜਿਹੜਾ ਲੀਡਰ ਦਵਾਈ ਆਉਂਦੀ ਹੁੰਦੀ ਸੀ ਲੀਡਰ ਸਾਰੇ ਜਾਣਦੇ ਆ ਉਹਦੇ ਵਿੱਚ ਜਿਹੜਾ ਸਾਲਟ ਹੁੰਦਾ ਸੀ ਸਲਫੂ ਸਲਫਰੋਨ ਤਾਂ ਸਲਫੂ ਸਲਫਰੋਨ ਵਾਲੀ ਦਵਾਈ ਜਿਹੜੀ ਦੇ ਵਿੱਚ ਵੀ ਉਹ ਮਿਕਸ ਹੈ ਉਹ ਬਿਲਕੁਲ ਕਣਕ ਦੇ ਵਿੱਚ ਨਹੀਂ ਵਰਤਣੀ ਕਿਉਂਕਿ ਜਿੱਥੇ ਲੀਡਰ ਦਵਾਈ ਜਾਂ ਲੀਡਰ ਵਾਲਾ ਸਾਲਟ ਵਰਤਿਆ ਗਿਆ ਜਾਂ ਕਿਸੇ ਮਿਕਸ ਰੂਪ ਦੇ ਵਿੱਚ ਵਰਤਿਆ ਗਿਆ ਤਾਂ ਉੱਥੇ ਤੁਹਾਡੇ ਕੀ ਹੈ ਵੀ ਜਿਹੜੀ ਮੱਕੀ ਉਹ ਬਿਲਕੁਲ ਨਹੀਂ ਹੋਣੀ ਕਿਉਂਕਿ ਮੱਕੀ ਦੇ ਉੱਪਰ ਇਹਦਾ ਬਹੁਤ ਜ਼ਿਆਦਾ ਅਸਰ ਹੈ ਮੱਕੀ ਚਰੀ ਜੋ ਵੀ ਬਰੀਕ ਪੱਤੇ ਵਾਲਾ ਲੰਬੇ ਪੱਤੇ ਵਾਲਾ ਤੁਸੀਂ ਕੋਈ ਵੀ ਉਸ ਤੋਂ ਬਾਅਦ ਫਸਲ ਲਾਓਗੇ ਤਾਂ ਉਹਦੇ ਉੱਤੇ ਅਸਰ ਜਾਂਦਾ ਹੈ हां ਇਸ ਜਗ੍ਹਾ ਤੇ ਨਰਮਾ ਵਗੈਰਾ ਜਿਹੜਾ ਉਹ ਹੋ ਜਾਂਦਾ ਤਾਂ ਹੁਣ ਕੀ ਹੁੰਦਾ ਕਿ ਅਸੀਂ ਲੀਡਰ ਕਹਿ ਦਿੰਨੇ ਆ ਤਾਂ ਆਪਾਂ ਕਹਿੰਦੇ ਨੇ ਵੀ ਲੀਡਰ ਨਹੀਂ ਵਰਤੀ ਤਾਂ ਲੀਡਰ ਦੀ ਜਗ੍ਹਾ ਤੇ ਅੱਜ ਕੱਲ ਕੰਬੀਨੇਸ਼ਨ ਚ ਬਾਜ਼ਾਰ ਦੇ ਵਿੱਚ ਕਾਫੀ ਚੀਜ਼ਾਂ ਆ ਰਹੀਆਂ ਜਿਵੇਂ ਸਾਡਾ ਸਾਡਾ ਜਾਂ ਆਪਣੀ ਟੋਟਲ ਹੈਗੀ ਜਾਂ ਕਈ ਵਾਰੀ ਕੀ ਹੁੰਦਾ ਕਿਉਂਕਿ ਅੱਜ ਕੱਲ ਰੇ ਨਹੀਂ ਮਿਲਦੀ ਤਾਂ ਸਾਡੇ ਕਿਸਾਨ ਵੀਰ ਜਿਹੜੇ ਰੇ ਆ ਉਹ ਸੁਸਾਇਟੀਆਂ ਚੋਂ ਲੈਂਦੇ ਆ ਤਾਂ ਸੁਸਾਇਟੀਆਂ ਦੇ ਵਿੱਚ ਕਿਉਂਕਿ ਸੈਕਟਰੀਆਂ ਨੂੰ ਵੀ ਇੰਨਾ ਦਵਾਈਆਂ ਬਾਰੇ ਇਹਨਾਂ ਡੀਪਲੀ ਗਿਆਨ ਨਹੀਂ ਹੁੰਦਾ ਜਾਂ ਪੋਸਟ ਟਾਈਮ ਤੇ ਗੱਲ ਨਹੀਂ ਕਰ ਪਾਉਂਦੇ ਵੀ ਆਪਾਂ ਅਗਲੀ ਫਸਲ ਆਹ ਕਰਨੀ ਐ ਤਾਂ ਤੁਸੀਂ ਕੀ ਕਰਦੇ ਉੱਥੇ ਮਾਰਕ ਪਾਵਰ ਮਾਰਕ ਫੈਟ ਦੀ ਸਭ ਤੋਂ ਵੱਧ ਹੈ ਜਿਹੜੀ ਉਹ ਸੁਸਾਇਟੀਆਂ ਦੇ ਵਿੱਚ ਅੱਜ ਕੱਲ ਪ੍ਰਚਲਿਤ ਹੈ ਤਾਂ ਮਾਰਕ ਪਾਵਰ ਦੇ ਵਿੱਚ ਵੀ ਲੀਡਰ ਵਾਲਾ ਸਾਲਟ ਹੈ ਤਾਂ ਬਿਲਕੁਲ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਵੀ ਦਵਾਈ ਦੇ ਵਿੱਚ ਲੀਡਰ ਵਾਲਾ ਸਾਲਟ ਹੈ ਅਗਰ ਤੁਸੀਂ ਉਹ ਕਰੋਗੇ ਤਾਂ ਤੁਹਾਡੇ ਮੱਕੀ ਬਿਲਕੁਲ ਨਹੀਂ ਹੋਣੀ ਔਰ ਹੁੰਦਾ ਕੀ ਆ ਹੁਣ ਜਦੋਂ ਆਪਾਂ ਮੱਕੀ ਦਾ ਬੀਜ ਬਾਜ਼ਾਰ ਚੋਂ ਲੈਣ ਜਾਂਦੇ ਆ ਤਾਂ ਜਿਹੜੀ ਦੁਕਾਨ ਤੋਂ ਆਪਾਂ ਈਜ਼ ਲੈਣ ਜਾਂਦੇ ਆ ਜੇ ਉਸ ਨੇ ਆਪਾਂ ਨੂੰ ਕਣਕ ਵਾਲੀ ਗੁੱਲੀ ਡੰਡੇ ਵਾਲੀ ਦਵਾਈ ਦਿੱਤੀ ਹੁੰਦੀ ਹੈ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਦਵਾਈ ਦਿੱਤੀ ਕਿਹੜੀ ਹੈ ਪਰ ਇੱਥੇ ਸਮੱਸਿਆ ਕੀ ਹੈ ਵੀ ਗੁੱਲੀ ਡੰਡੇ ਵਾਲੀ ਆਪਾਂ ਕਿਤੇ ਹੋਰ ਸਾਈਡ ਤੋਂ ਲੈ ਲੈਨੇ ਆ ਤੇ ਵੀ ਕਿਤੇ ਜਿਹੜਾ ਹੋਰ ਸਾਈਡ ਤੋਂ ਲਿਉਣੇ ਆ ਤਾਂ ਉਹ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਬਾਅਦ ਦੇ ਵਿੱਚ ਬੜੀਆਂ ਪ੍ਰੋਬਲਮ ਆਉਂਦੀਆਂ ਤੇ ਫਿਰ ਉਹ ਕੰਪਲੇਂਟ ਜਾਂ ਲਾਂਬੇ ਜਾਂ ਫਿਰ ਉਹ ਧਰਨੇ ਮਜਾਰਿਆਂ ਤੱਕ ਗੱਲ ਜਿਹੜੀ ਆ ਪਹੁੰਚ ਜਾਂਦੀ ਹੈ ਤਾਂ ਇਹਦਾ ਧਿਆਨ ਰੱਖਣਾ ਹੈ ਲੀਡਰ ਵਾਲਾ ਕੋਈ ਵੀ ਸਾਲਟ ਹੈ ਜਿਹੜਾ ਤੁਸੀਂ ਕਣਕ ਦੇ ਵਿੱਚ ਗੁੱਲੀ ਡੰਡੇ ਲਈ ਨਹੀਂ ਵਰਤਣਾ। ਅਗਰ ਵਰਤੋਗੇ ਤਾਂ ਸਾਇਲਜ ਦੇ ਵਿੱਚ, ਅਚਾਰ ਦੇ ਵਿੱਚ ਆਉਣ ਵਾਲੀ ਤੁਹਾਡੀ ਮੱਕੀ ਦੀ ਫਸਲ ਦੇ ਵਿੱਚ ਇਹ ਸਭ ਤੋਂ ਵੱਡੀ ਸਮੱਸਿਆ ਜਿਹੜੀ ਕ੍ਰੀਏਟ ਕਰੂਗਾ। ਤੇ ਵੀਡੀਓ ਇਹ ਜਿਹੜੀ ਇਹ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਮੱਕੀ ਦਾ ਟ੍ਰੈਂਡ ਕਾਫੀ ਹੈ। ਹਰ ਕਿਸਾਨ ਮੱਕੀ ਲਾਉਣਾ ਚਾਹੁੰਦੇ ਆ। ਜਿੰਨੇ ਵੀ ਮੱਕੀ ਵਾਲੇ ਵੀਰ ਆ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ। ਇਹ ਤੁਹਾਡਾ ਫਰਜ਼ ਹੈ।